या दोनों? पढ़ो। ਵੈਲਕਮ ਹੈ ਤੁਹਾਡੇ ਸਾਰਿਆਂ ਦੇ ਨਵੇਂ ਵਲੌਗ ਦੇ ਵਿੱਚ। ਆਈ ਹੋਪ ਤੁਸੀਂ ਸਾਰੇ ਜਣੇ ਬਿਲਕੁਲ ਠੀਕ ਹੋਵੋਗੇ ਐਂਡ ਮੈਂ ਵੀ ਬਿਲਕੁਲ ਠੀਕ ਹਾਂ। ਸਾਰਿਆਂ ਲਈ ਆਪਾਂ ਕੁਛ ਨਾ ਕੁਛ ਲੈ ਲਿਆ ਆ, ਮੰਮਾ ਲਈ ਗਿਫਟ, ਪਾਪਾ ਲਈ ਗਿਫਟ ਅਤੇ ਪੈਰੀ ਦਾ ਰਹਿ ਗਿਆ ਆ। ਅਤੇ ਆਪਾਂ ਘਰ ਸਟਰੀਟ ਡੋਗਸ ਵੀ ਰੱਖੇ ਹੋਏ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਜਿਹੜੇ ਜਿਹੜੇ ਨਵੇਂ ਸਬਸਕ੍ਰਾਈਬਰਸ ਆ ਉਹਨਾਂ ਨੂੰ ਮੈਂ ਜਾ ਕੇ ਅੱਜ ਦਿਖਾਊਂਗੀ। ਐਂਡ ਵੈਸੇ ਵੀ ਜਿੰਨੇ ਵੀ ਸਾਡੇ ਮਤਲਬ ਰੋਡ 'ਤੇ ਹੁੰਦੇ ਆ, ਗਲੀ 'ਚ ਹੁੰਦੇ ਆ, ਸਾਰਿਆਂ ਨੂੰ ਪਾਪਾ ਫੀਡ ਕਰਦੇ ਆ। ਅਤੇ ਅੱਜ ਆਪਾਂ ਸਾਰਿਆਂ ਲਈ ਲੈਣ ਚੱਲੇ ਹਾਂ ਡੋਗ ਫੂਡ। ਕਿੱਥੋਂ ਲੈਣ ਚੱਲੇ ਹਾਂ, ਹਾਲੇ ਮਤਲਬ ਰਸਤੇ 'ਚ ਆ, ਪਹੁੰਚ ਕੇ ਫਿਰ ਮੈਂ ਤੁਹਾਨੂੰ ਦਿਖਾਊਂਗੀ ਵੀ ਕੀ ਲਿੱਤਾ ਆ। ਲਵੀ ਸਾਡੇ ਨਾਲ ਹੈ, ਪਤਾ ਨਹੀਂ ਕਿੱਥੇ ਹੈ, ਅਤੇ ਪੈਰੀ ਵੀ ਸਾਡੇ ਨਾਲ ਹੈ, ਉਹ ਬੈਠਾ, ਅਤੇ ਮੰਮੀ ਵੀ ਸਾਡੇ ਨਾਲ ਹੈ। ਅਸੀਂ ਆਪਾਂ ਡੋਗ ਫੂਡ ਲੈਣ ਚੱਲੇ ਹਾਂ, ਸਾਰਾ ਟੱਬਰ ਇਕੱਠਾ ਹੋ ਕੇ। ਹੁਣ ਆਪਾਂ ਲੈ ਕੇ ਉੱਥੇ ਪਹੁੰਚ ਕੇ ਫਿਰ ਮੈਂ ਤੁਹਾਨੂੰ ਮਿਲੂੰਗੀ ਫਿਰ ਘਰ ਜਾ ਕੇ। ਤੈਨੂੰ ਪਹਿਲਾਂ ਆ ਗਈ ਹੈ ਪੈਰੀ? ਪੈਰੂ ਉਹ ਕਹਿੰਦਾ ਆਪ ਲਾ ਦਰਵਾਜ਼ਾ ਖੋਲੂਗੇ। ਆਪਨੇ ਇਧਰ ਹੀ ਰਹਿਣਾ ਹੈ, ਆਪਨੇ ਨਹੀਂ ਸਾਜਾ ਨਾਮ ਲੈ ਕੇ ਆਤੇ ਹੈ, ਠੀਕ ਹੈ? ਓਕੇ ਜਾਓ। ਕਈ ਤਾਂ ਆਪਾਂ ਪਹੁੰਚ ਗਏ ਹੋਏ ਆ ਸ਼ੋਪ 'ਤੇ, ਹੁਣ ਆਪਾਂ ਲਵਾਂਗੇ ਪੈਰੀ ਦਾ ਫੂਡ। ਪੈਰੀ ਆਪਕਾ ਸਮਾਨ ਹੀ ਨਹੀਂ ਆਈਏ। ਚਲੋ ਕਹਿੰਦਾ ਤੁਰ ਕੇ ਦਿਖਾਓ, ਟਾਈਮ ਨਾ ਵੇਸਟ ਕਰੋ, ਚਲੋ। ਸੋਹਣੀਆਂ ਸੋਹਣੀਆਂ ਚੀਜ਼ਾਂ ਯਾਰ ਡੋਗਸ ਦੀਆਂ, ਉਹ ਦੇਖੋ ਕਿੰਨਾ ਪਿਆਰਾ ਹੈ। ਮੰਮਾ ਕਹਿੰਦੇ ਕਿ ਪੈਰੀ ਦੀ ਚੇਨ ਵੀ ਲੈਣੀ ਹੈ, ਖਰਾਬ ਹੋ ਗਈ ਹੈ, ਲੈ ਲਓ ਜਿਹੜੀ ਲੈਣੀ ਹੈ। ਬੜੀ ਪਿਆਰੀ ਹੈ ਯਾਰ, ਵਾਹਿਗੁਰੂ। ਖਲਾਰਾ ਥੋੜੀ ਪਾਏ ਨਾ ਅਗਲੇ ਦੁਕਾਨ ਤੇ ਆ ਕੇ, ਕੱਢ ਲਓ ਇੱਕ। ਲਵੀ ਤੂੰ ਕੁਛ ਲੈਣਾ? ਆਪਣਾ ਸਮਾਨ ਵੀ ਫਟਾਫਟ ਲੈ ਲੈ, ਲੈ ਲੇ ਜਲਦੀ ਕਰ। ਫੂਡ ਲੈ ਲਿਆ ਹੋਇਆ ਆ, ਇੱਕ ਆ ਪਿਆ, ਇੱਕ ਉੱਧਰ ਪਿਆ ਆ। ਇਹਦੀ ਸ਼ਕਲ ਦੇਖੋ, ਇਹਨੂੰ ਐਵੇਂ ਕਿਸੇ ਹੋਰ ਨੂੰ ਨਾ ਮਿਲ ਜਾਵੇ, ਪਰ ਆਹ ਬਾਹਰ ਆ ਗਏ ਸੀਗੇ ਸ਼ੋਪ ਦੇ, ਸੋ ਮੈਂ ਕਿਹਾ ਵੀ ਇਹਨਾਂ ਨੂੰ ਵੀ ਦੇ ਦਿਉ, ਲਵਾ ਪਾ ਦੇ ਉਹਨਾਂ ਨੂੰ। ਬਹੁਤ ਪਿਆਰੇ ਆ ਯਾਰ, ਖਾ ਹੀ ਨਹੀਂ ਰਹੇ। ਜਦੋਂ ਮਾੜਾ ਚੜਿਆ ਹੋਵੇ ਨਾ ਤੇ ਚਲਾਨ ਚਲੂਨ ਹੋ ਜਾਂਦੇ ਬੰਦੇ ਦੇ। ਮੇਰੇ ਕੋਲ ਇੱਥੇ ਲਾ ਹੁਣ ਕੋਈ ਡਾਕੂਮੈਂਟ ਨਹੀਂ ਪਿਆ, ਮੈਂ ਉੱਥੇ ਭੁੱਲ ਆਈ ਆ ਤੇ ਇੱਧਰ ਸੋ ਗਿਆ ਸਾਡਾ ਚਲਾਨ। ਹੁਣ ਮੰਮੀ ਉੱਤੇ ਸਗਾਈ ਇੱਕ ਮਿੰਟ ਭਰਾਵਾ, ਮੈਂ ਗਾਈਸ ਨਿਕਲ ਗਈ ਹੋਈ ਆ ਘਰੋਂ, ਤੇ ਹੁਣ ਮੈਂ ਚੱਕਣਾ ਆ ਆਪਣੀ ਫਰੈਂਡ ਨੂੰ ਮੁਸਕਾਨ ਨੂੰ, ਤੇ ਫਿਰ ਏਂਜਲ ਸ਼ਿਵਮ ਹੋਣਾ ਨੂੰ, ਤੇ ਫਿਰ ਆਪਾਂ ਜਾਣਾ ਆ ਆਦਮਪੁਰ ਟੈਟੂ ਬਣਵਾਉਣ। ਤੇ ਜੋ ਮੈਂ ਸੋਚਿਆ ਹੋਇਆ ਆ ਕੋਟ, ਉਹ ਮੇ ਬੀ ਤੁਹਾਨੂੰ ਮੈਂ ਦੱਸਾਂ, ਪਰ ਹੋ ਸਕਦਾ ਮੈਂ ਆਪਣਾ ਕੋਟ ਚੇਂਜ ਕਰ ਲਵਾਂ, ਇਸ ਲਈ ਮੈਂ ਹਾਲੇ ਮਤਲਬ ਰਿਵੀਲ ਨਹੀਂ ਕਰ ਰਹੀ ਕਿ ਮੈਂ ਕੀ ਲਿਖਾਉਣ ਚੱਲੀ ਹਾਂ, ਕਿੱਥੇ ਲਿਖਾਉਣ ਚੱਲੀ ਹਾਂ, ਅਤੇ ਕੀ ਸਿਸਟਮ ਹੈ, ਕੀ ਪ੍ਰੋਗਰਾਮ ਹੈ। ਉੱਥੇ ਜਾ ਕੇ ਦੇਖੂੰਗੀ, ਟੈਟੂ ਡਿਸਾਈਡ ਕਰੂੰਗੀ, ਤੁਹਾਨੂੰ ਨਾਲ ਨਾਲ ਦਿਖਾਊਂਗੀ ਅਤੇ ਸਾਰਾ ਇਹਦਾ ਵਲੌਗ ਆਊਗਾ। ਅਤੇ ਮੈਨੂੰ ਪਤਾ ਹੀ ਨੈਕਸਟ ਮੋਰਨਿੰਗ ਸਟਾਰਟ ਹੋ ਰਿਹਾ ਵਲੌਗ, ਹੁਣ ਟਾਈਮ ਹੋਇਆ ਆ, ਤੁਸੀਂ ਆਪ ਦੇਖ ਲਓ 7:51 ਆ ਗਏ ਹੋ। ਨਹੀਂ ਟਲਿਆ, ਆ ਗਿਆ ਟੁੰਨੇ, ਨਹੀਂ ਜੀ ਲੱਗਾ ਨਾ ਤੇਰਾ, ਬਹੁਤ ਕੁੜੀ ਨੇ ਮੈਨੂੰ ਯਾਦ ਕੀਤਾ ਯਾਰ, ਬਹੁਤ ਯਾਦ ਕਰਕੇ ਮੈਨੂੰ ਕੁੜੀ ਨੇ ਮੈਨੂੰ ਮੈਸੇਜ ਕੀਤਾ
ਕਹਿੰਦੇ ਸਨੇਹਾ ਮੈਨੂੰ ਤੇਰੀ ਬਹੁਤ ਯਾਦ ਆ ਰਹੀ ਹੈ। ਫਿਰ ਆਪਾਂ ਵੀਡੀਓ ਕਾਲ 'ਤੇ ਗੱਲ ਕੀਤੀ ਜਿੱਦਾਂ ਸਾਨੂੰ ਸਦੀਆਂ ਹੋ ਗਈਆਂ ਮਿਲਣ ਨੂੰ। ਅਤੇ ਸਵੇਰੇ ਮੈਂ ਤੁਹਾਨੂੰ ਦੱਸਿਆ ਸੀ ਆਪਾਂ ਟੈਟੂ ਬਣਵਾਉਣ ਚੱਲੇ ਹਾਂ, ਸ਼ਿਵ ਭਾਈ ਨੂੰ ਪਿੱਕ ਕੀਤਾ, ਇੰਜਨ ਨੂੰ ਪਿੱਕ ਕੀਤਾ, ਮੁਸਕਾਨ ਮੇਰੇ ਨਾਲ ਹੈ, ਹੁਣ ਆਪਾਂ ਟੈਟੂ ਬਣਵਾਉਣ ਚੱਲੇ ਹਾਂ ਅਤੇ ਉੱਥੇ ਜਾ ਕੇ ਡਿਸਾਈਡ ਕਰਦੇ ਹਾਂ ਟੈਟੂ, ਫਿਰ ਬਣਵਾ ਕੇ ਮਿਲਦੇ ਹਾਂ, ਮਤਲਬ ਬਣਾਉਂਦੇ ਬਣਾਉਂਦੇ ਵੀ ਮਿਲਾਂਗੇ। ਟੈਟੂ ਡਿਸਾਈਡ ਹੋ ਗਿਆ, ਉਹ ਪਏ ਆ ਅਤੇ ਹੁਣ ਏਂਜਲ ਦਾ ਡਿਸਾਈਡ ਹੋ ਰਿਹਾ। ਘਬਰਾਈ ਪਈ ਵਿਚਾਰੀ, ਠੀਕ ਨਹੀਂ ਹੈ। ਸਾਡੇ ਆ ਕੇ ਇੱਕ ਵਾਰੀ ਇਹ ਹਾਲਾਤ ਹੋਣੇ ਸੀ ਅੰਦਰ। ਸ਼ਿਵਮ ਬਾਈ ਠੀਕ, ਸ਼ਿਵਮ ਬਾਈ ਤੁਹਾਡੀ ਉੱਦਾਂ ਸਿਹਤ ਸੈੱਟ ਹੈ ਗਲੇ ਗੁਲੇ ਵੱਲੋਂ? ਸਾਡੀ ਇਮਿਊਨਿਟੀ ਵੀਕ ਹੈ ਅੰਜਲ, ਉਹਨਾਂ ਦਾ ਉੱਦਾਂ ਐਕਸੀਡੈਂਟ ਤਾਂ ਹੋ ਗਿਆ ਆ ਥੋੜ੍ਹਾ, ਬਟ ਉੱਦਾਂ ਸਿਹਤ ਟੱਚਵੁੱਡ ਠੀਕ ਹੈ, ਅਤੇ ਮੇਰੀ ਖਰਾਬ ਹੈ, ਅੰਜਲ ਦੀ ਵੀ ਖਰਾਬ ਹੈ। ਪਲੀਜ਼ ਸਾਡਾ ਪਹਿਲਾਂ ਕੱਢ ਦਿਓ, ਸਾਡਾ ਸ਼ੁਰੂ ਕਰਾ ਦਿਓ, ਫਿਰ ਇਹਨੂੰ ਲੈ ਕੇ ਬੈਠੇ ਰਹੋ ਭਾਜੀ। ਸਰਪ੍ਰਾਈਜ਼ ਦੇ ਨੰਬਰ ਨੂੰ ਡੇ ਬਣਾਉਂਦੀ ਦੂਸਰਾ ਕਿੱਥੇ ਟੈਟੂ? ਦੂਜਾ ਟੈਟੂ, ਦੂਜਾ ਟੈਟੂ ਫਾ, ਦੂਜਾ ਟੈਟੂ
ਅੱਛਾ ਬੰਨਾ ਲੈ ਇਹਦਾ ਮਤਲਬ ਕੀ ਆ ਨਿਕਲ ਜੋ ਇੱਥੋਂ ਤੁਹਾਡੀ ਦੇਸ਼ ਨਹੀਂ ਬਣਿਆ ਮੈਨੂੰ ਮੈਂ ਨਹੀਂ ਦੱਸੂਗੀ ਪੜ੍ਹਨ ਵਾਲੇ ਮੈਨੂੰ ਕਮੈਂਟਾਂ 'ਚ ਇਹਦਾ ਮਤਲਬ ਦੱਸੂਗੇ ਚਲੋ ਗਾਈਜ਼ ਹੁਣ ਜਾ ਕੇ ਰਿਐਕਸ਼ਨ ਦੇਖਦਾ ਕਿ ਜੁੱਤੀਆਂ ਨਾ ਪੈ ਜਾਣ ਤੂੰ ਪੂਰੀ ਆਪਣਾ ਕਾਟੇ ਮਰਵਾ ਲਾ ਸਾਰੀ ਸਾਰੀ ਬੋਡੀ ਤੇ ਦੂਜੇ ਦਿਨ ਓਏ ਸਾਈਡ ਤੇ ਹੋ ਕੇ ਬੈਠਿਆ ਕਰੋ ਬੂਆ ਦੇ ਫੁੱਲ ਦੇ ਖੋਲੀ ਯਾਰ ਹੱਥ ਮੇਰਾ ਸਹੀ ਨਹੀਂ ਗਾ ਯਾਰ ਬੂਆ ਦੇ ਖੋਲ ਦੇ ਤੁਸੀਂ ਕਾਂਗਲ ਜੀ ਨਹੀਂ ਆਇਆ ਵੀ ਰਸਤੇ ਮੇਂ ਆ ਰਹੇ ਹੈ ਠੀਕ ਹੈ ਨਮਸਤੇ ਨਮਸਤੇ ਬੇਟਾ ਕਿਦਾਂ ਬਾਹਰ ਆਇਓ ਬਾਹ ਤੇ ਛੱਡੋ ਇਹਨੇ ਵੀ ਰਾਤੀ ਤੇਰੀ ਬਾਹ ਟੁੱਟੀ ਉਹਨੇ ਹਟੀ ਨਹੀਂ ਉਹਨੇ ਮੂੰਹ ਤੜਾ ਮੈਂ ਦੱਸਿਆ ਨੇ ਸਟੋਰੀ ਮੈਂ ਹਲੇ ਵਲੌਗ ਤੇ ਦੱਸੀ ਮੈਂ ਤੁਹਾਨੂੰ ਦੱਸੂਗੀ ਪਰ ਉਹ ਵੀ ਮੈਂ ਵੀ ਮੂੰਹ ਤੜਾਇਆ ਸਹੀ ਕੰਮ ਵਧੀਆ ਸਾਰੇ ਪਾਪਾ ਉਹ ਤੇ ਕਿਹੜੀ ਗੱਲ ਮੈਂ ਇੱਕ ਸਰਪ੍ਰਾਈਜ਼ ਕਰਕੇ ਆਈ ਆਪਣਾ ਬੜੀ ਛੇਤੀ ਛੇਤੀ ਪੜ ਲਿਆ ਜਦੋਂ ਆਪਣਾ ਪੂਰਾ ਤਾਂ ਲਿਖਾਣਾ ਸੀਗਾ ਜਿੱਦਾਂ ਥੱਲੇ ਆ ਲਿਖਾ ਨਾ ਉੱਤੇ ਕਲੇਸ਼ੀ ਲਗਾ ਦੇ ਓਏ ਹੈਗਾ ਹੈ ਮੰਮਾ ਦੱਸੋ ਇਹ ਨਹੀਂ ਹੈ ਕਰਸੀ ਮਾਰ ਦੇ ਫਿਰ ਆਓ ਜਾ ਕਰ ਰਹੇ ਹੋ ਆਓ ਜੀ ਆਓ ਜੀ ਆਓ ਜੀ ਇਹਨਾਂ ਦੇ ਸੰਗ ਦੇ ਕੈਨੇਡਾ ਤੋਂ ਆ ਕੇ ਦਿੱਤਾ ਆਓ ਜੀ ਕੈਨੇਡਾ ਵਾਲਾ ਨਹੀਂ ਆ ਰਹੀ ਨਹੀਂ ਜਾ ਰਹੀ ਆ ਪਰ ਚੰਗੀਆਂ ਗੱਲਾਂ ਨਹੀਂ ਦਿੱਤਾ ਕੁਛ ਨਹੀਂ ਰੋਪੇ ਸੀ ਮੰਮਾ ਟੈਟੂ ਬਣਾ ਕੇ ਆਏ ਸੋਨਾ ਲਵੀ ਬਤਾ ਇਸਕਾ ਮੀਨਿੰਗ ਹੈਲੋ ਕੀ ਸੁਣਾ ਰਹੀ ਦੱਸ ਕਿਉਂ ਕੀ ਸੁਣਾ ਕੀ ਨਾ ਸਾਨੂੰ ਸਮਝ ਆਈ ਕੀ ਲਿਖਿਆ ਮੇਰੀ ਕੀ ਸੋਨਾ ਲੱਗ ਰਿਹਾ ਨਾ ਇਹਦਾ ਮੈਨੂੰ ਆ ਵੀ ਸਮਝ ਨਹੀਂ ਪਰ ਸੋਨਾ ਹੈ ਹਾਂ ਇਹਨੂੰ ਸੋ ਇਹ ਸੋਨਾ ਹੈ ਆ ਇਹ ਵੀ ਬੜਾ ਪਿਆਰਾ ਕੀ ਲਿਖਿਆ ਮਾਂ ਮੈਂ ਮਾਂ ਪਿਓ ਲਿਖਾ ਲਿਆ ਦੋਨੋਂ ਹਾਏ ਅਕਲ ਆਏ ਸਾਡੇ ਆਹੋ ਲਵੀ ਤੇਰਾ ਨਾਮ ਨਹੀਂ ਲਿਖਾ ਹੈ ਇਹਨਾਂ ਨੇ ਹੈ ਤੇਰਾ ਨਾਮ ਨਹੀਂ ਲਿਖਾ ਲਵੀ ਦਾ ਮਤਲਬ ਲਿਖਾ ਲੈਣੀ ਦਾ ਕੋਈ ਟੈਨਸ਼ਨ ਨਹੀਂ ਤੇਰਾ ਨਾਮ ਕਿਸੇ ਨੇ ਲਿਖਾਣਾ ਕਿਸੇ ਟੈਨਸ਼ਨ ਨਾ ਤੇਰਾ ਨਾਮ ਕਿਸੇ ਨੇ ਲਿਖਣਾ ਆ ਪੈਰੀ ਤੇਰੇ ਨੰਬਰ ਲਿਖਾਣੀ ਸੈਵਨ ਪੈਰੀ ਪਾਪਾ ਦਾ ਪਾਪਾ ਦਾ ਹਾਂਜੀ ਕਹਿੰਦੇ ਤੇਰੇ ਮੈਂ ਨੰਬਰ ਲਿਖਾਣਾ ਤੇਰੇ ਮੈਂ ਨਾਮ ਨਹੀਂ ਲਿਖਾਣਾ ਸੈਵਨ ਚ ਕਿੰਨੇ ਪਰਸੈਂਟ ਨੰਬਰ ਆਏ ਮੈਂ ਉਹ ਲਿਖਾਣੀ ਆਉਂਗੀ ਮੈਂ ਤੁਹਾਨੂੰ ਦੱਸਿਆ ਨਹੀਂ ਨਾ ਨਹੀਂ ਦੱਸਿਆ ਮੈਂ ਦੱਸਿਆ ਨਹੀਂ ਵੇਲਾ 82% ਝੂਠ ਨਾ ਬੋਲੋ ਪਰ ਉਹ ਮੈਨੂੰ ਪੜ੍ਹਨ ਦੇ ਔਖੇ ਲੱਗੇ ਉਹ B2 ਲਿਖਿਆ ਹੈ ਨਬੀ 82 ਲਵੀ ਦੇ ਪੂਰੇ 54% ਨੰਬਰ ਆਏ ਆ ਕੰਡੀਸ਼ਨਲੀ ਪਾਸ ਹੈ ਉਹ ਕੁੜੀ ਮੈਥ ਚ ਫੇਲ ਹੁੰਦੀ ਹੁੰਦੀ ਬੱਚੀ ਸ਼ੁਕਰ ਕਰੋ ਦਿੱਤੀ ਨਹੀਂ ਆਏ ਮੇਰੇ ਦਿੱਤੀ ਵੀ ਆਏ ਆ ਮੇਰੇ 32 ਆਉਂਦੇ ਸੀ ਮੈਂ ਇੱਕ ਨੰਬਰ ਮੰਗੇ ਤੇ ਰੁਪੰਦਾ ਮੈਡਮ ਕਰੋ ਕੁੱਟ ਤਾਂ ਨਹੀਂ ਇੱਕ ਦਾ ਨੰਬਰ ਦੇ ਦਿਓ ਆਵੇਂ ਕਰੋ ਅੱਜ ਕੱਲ ਉਹਨੇ ਵੀ ਕੀ ਕੀਤਾ ਉਹਨੇ ਕਹਿੰਦਾ ਅੱਛਾ ਇੱਕ ਨੰਬਰ ਦੇ ਕੁੱਟ ਪੈਣੇ ਨਾ ਉਹਨੇ ਨਾਲ ਹੀ 5 ਨੰਬਰ ਹੋਰ ਕੱਟ ਦਿੱਤੇ ਹੁਣ ਠੀਕ ਹੈ ਚਲੋ ਯਾਰ ਹੁਣ ਕੁਛ ਖਾ ਪੀ ਲਈਏ ਬਹੁਤ ਜ਼ਿਆਦਾ ਥੱਕ ਗਏ ਕਿਉਂਕਿ ਸਵੇਰ ਦੇ ਉੱਥੇ ਬੈਠੇ ਆ ਹੁਣ ਦੇਖਦੇ ਆ ਮੰਮਾ ਨੇ ਕੀ ਬਣਾਇਆ ਡਿਨਰ ਕਰਦੇ ਆ ਤੇ ਫਿਰ ਆਪਾਂ ਰਾਤੀ ਦੇਖਾਂਗੇ ਕੋਈ ਮੂਵੀ ਤੇ ਮੂਵੀ ਕੋਈ ਮੈਗੀ ਸ਼ੈਗੀ ਨਾਲ ਬਣਾਵਾਂਗੇ ਜੋ ਵੀ ਕਰਾਂਗੇ ਦੱਸ ਦਵਾਂਗੇ ਮਤਲਬ ਕਰਦੇ ਨੂੰ ਦੁਖੀ ਕਰੇਗਾ ਅੱਜ ਇਹਦੇ ਚ ਘਰ ਦੇ ਕਹੇ ਦੁਖੀ ਹੋਣੇ ਵੀ ਮੂਵੀ ਤੁਸੀਂ ਵੇਖਣੀ ਮੈਂ ਵੀ ਤੁਸੀਂ ਵਿਖਾਣੀ ਨਹੀਂ ਨਹੀਂ ਬਣਾਉਣਾ ਕਹਿੰਦੇ ਮੈਗੀ ਬਣਾਣੀ ਨਹੀਂ ਮੈਗੀ ਤੂੰ ਬਣਾਣੀ
ਚੱਲ ਲੈ ਮੰਮਾ ਨੇ ਕਿਹਾ ਅੱਜ ਬਣਾ ਦੇ ਕੜਾਈ ਚਿਕਨ ਕੁਛ ਵੀ ਕਿਹਾ ਸਾਰਾ ਕੁਛ ਸਵਾਦ ਬਣਾ ਡਾਬਾ ਖੋਲ ਲੇ ਡਾਬਾ ਨੀ ਮੈਂ ਬਣਾ ਸਕਦੀ ਕਿਉਂਕਿ ਮੈਨੂੰ ਅਰਲੀ ਮਾਰਨਿੰਗ ਉੱਠਣਾ ਪੈਣਾ 6 ਵਜੇ ਕਿਉਂਕਿ ਮੈਨੂੰ ਘੱਟੋ ਘੱਟ ਵੀ 3-4 ਘੰਟੇ ਚਾਹੀਦੇ ਬਣਾਉਣ ਲਈ ਮੈਂ ਦੁਪਹਿਰੇ ਸ਼ੁਰੂ ਹੋਏਗੀ ਤਾਂ ਰਾਤ ਤੱਕ ਬਣਾਉਂਗੀ ਦਿਖਾਈ ਕਹਿੰਦੇ ਸੜ ਗਏ ਸਿੱਧੀ ਤਰ੍ਹਾਂ।